ਉਹ ਆਪਣੇ ਪਿੰਡ ਵਾਲੇ ਸਿਆਣੇ ਕੋਲੇ ਗਈ, ਜਾ ਕੇ 50 ਰੁਪਏ ਮੱਥਾ ਟੇਕ ਗਿਆ। ਕਹਿੰਦੀ ਬਾਬਾ ਜੀ ਸਾਡੀ 15-20 ਦਿਨ ਹੋ ਗਏ, ਘੋੜੀ ਨੀ ਲੱਭਦੀ, ਪਤਾ ਨੀ ਕਿੱਥੇ ਗਈ। ਮੇਰੀ ਬੇਬੇ ਨੇ 50 ਰੁਪਏ ਚੱਕੇ, ਚਾ ਕੇ ਕੀਸੇ ਚ ਪਾ ਦੇ। ਨਿਆਣਿਆਂ ਨੂੰ ਰੋਟੀ ਤੋਂ ਖਵਾ ਦੂ, ਬੇਫਿਕਰ ਹੋ ਕੇ ਚਲੀ ਜਾ। ਪਰ ਇੱਕ ਗੱਲ ਲੱਗਦਾ, ਧਰਤੀ ਦੇ ਪੈਰ ਨਾ ਲੱਗੇ। ਚੁੱਪ ਕਰਕੇ ਆ ਲੈਟ ਤਾਂ ਬਾਹਰ ਲੈ ਲਾ। ਚੁੱਪ ਕਰਕੇ ਟਰੈਕਟਰ ਦਾ ਟਾਇਰ ਖੋਲ ਕੇ ਨਾਲੇ ਝੂਟੇ ਲੈ ਜਾਓ। ਬਹੁਤ ਪਿਆਰੀ ਸਾਊਂਡ ਚਲਾਉਂਦੇ ਆ, ਉਹਨਾਂ ਵੱਲੋਂ ਕੇ ਬਹੁਤ ਸਾਰਾ ਮਾਣ। ਮੈਂ ਤੁਹਾਨੂੰ ਕੈਨੇਡਾ ਚ ਲੈ ਗਿਆ ਸੀ, ਜਿਹੜਾ ਆਪਣਾ ਹੁੰਦਾ ਰਾੜਾ ਗਾਉਂਦਾ। ਕਹਿੰਦਾ ਵੀ ਪੰਜਾਬੀ ਆ, ਹੁਣ ਮੈਂ ਤੈਨੂੰ ਇੱਕ ਗਿਫਟ ਦੇਣਾ। ਉਹਨਾਂ ਨੇ ਮੈਨੂੰ ਇੱਡੀ ਸ਼ੀਸ਼ੀ ਦੇ ਦਿੱਤੀ ਤੇ ਮੈਂ ਪਿੰਡ ਕੋਰੀਅਰ ਕਰ ਦਿੱਤਾ। ਤੇ 6 ਮਹੀਨਿਆਂ ਪਿੱਛੋਂ ਕਿਤੇ ਮੈਂ ਪਿੰਡ ਆ ਗਿਆ। ਜਦੋਂ ਘਰੇ ਆ ਕੇ ਦੇਖਿਆ, ਨਾ ਘਰੇ ਬੇਬੇ ਦਿੱਤੇ ਤੇ ਨਾ ਘਰੇ ਬਾਪੂ ਦਿੱਤੇ। ਪਤਾ ਨੀ ਤੁਹਾਨੂੰ ਕਿੱਧਰ ਚਲੇ ਗਏ। 15-16 ਸਾਲਾਂ ਦੀ ਪਟਿਆਲ ਵਿਹੜੇ ਚ ਕਿਹੜੇ ਦਿੱਤੀ ਮੇਰੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭੈਣੇ ਤੇਰੀ ਬੇਬੇ ਕਿੱਥੇ ਆ? ਕਹਿੰਦੀ ਮਹਿੰਗਿਆ ਪੁੱਤ ਮੈਂ ਹੀ ਤੇਰੀ ਮਾਂ ਆ। ਮੈਂ ਕਿਹਾ ਵੀ ਮੇਰੀ ਮਾਂ ਤਾਂ 60-65 ਸਾਲ ਦੀ ਸੀ, ਤੂੰ 15-16 ਸਾਲ ਲੰਘੀਆਂ, ਤੂੰ ਮੇਰੀ ਮਾਂ ਆ। ਕਹਿੰਦੀ ਪੁੱਤ ਸੀ ਤਾਂ ਮੈਂ 60-65 ਸਾਲ ਕੋਈ, ਜਿਹੜੀ ਤੂੰ ਬਾਹਰੋਂ ਆਈ ਦੀ ਸੀ ਭੇਜੀ ਸੀ, ਉਹਦੇ ਚੋਂ ਮੈਂ ਇੱਕ ਗੋਲੀ ਖਾ ਗਈ ਤੇ ਮੈਂ ਤਾਂ 15-16 ਸਾਲਾਂ ਦੀ ਬਣ ਗਈ। ਜਵਾਬ ਦੇਤਾ ਤਾਂ ਤੈਨੂੰ 500 ਰੁਪਇਆ, ਤੇ ਜੇ ਨਾ ਸਵਾਲ ਦਾ ਜਵਾਬ ਦਿੱਤਾ ਤਾਂ 1000 ਰੁਪਇਆ। ਮਨਜ਼ੂਰ ਹੈ? ਜਿਹੜੀ ਦੁੱਧ ਵੀ ਦਿੱਤੀ ਹੋਵੇ ਤੇ ਆਂਡੇ ਵੀ ਦਿੱਤੀ ਹੋਵੇ। ਇਹੋ ਜਿਹੀ ਚੀਜ਼ ਜਿਹੜੀ ਦੁੱਧ ਵੀ ਦਿੱਤੀ ਆ ਤੇ ਅੰਡੇ ਵੀ ਦਿੱਤੀ। ਹਾਂ, ਮੁਰਗੀ ਅੰਡੇ ਦਿੱਤੀ ਆ ਪਰ ਦੁੱਧ ਨਹੀਂ ਦਿੱਤੀ।
ਚੰਗਾ ਲੱਗਿਆ ਤਾਂ ਖੁੱਲ ਕੇ ਦਾੜੀ ਮਾਰ ਦੋ।